ਜਿਹੜੇ ਜਿਹੜੇ ਵੀ ਕੌਂਸਲਰ ਬਣੇ ਸੀ ਐਮ ਐਲ ਏ ਬਣੇ ਸੀ ਮੋਦੀ ਜੀ ਨੇ ਕਿਹਾ ਕਿ ਕੋਈ ਵੀ ਆਪਣੇ ਆਪਣੇ ਜਿੱਥੇ ਤੁਸੀਂ ਲੜੇ ਹੋ ਇਲੈਕਸ਼ਨ ਲੜੇ ਹੋ ਆਪਣੇ ਆਪਣੇ ਏਰੀਏ ਜਾਓ ਕਿਉਂਕਿ ਦੇਖੋ ਸਾਡੇ ਤੋਂ ਬਾਹਰ ਮਾਰ ਹੋ ਗਿਆ ਸਾਡੇ ਲੋਕਾਂ ਨੂੰ ਦਿੱਕਤ ਨਹੀਂ ਆਈ ਹੋਈ ਪਰ ਜਿਹੜੇ ਲੋਕ ਕੋਈ ਰਕਸ਼ਾ ਚਲਾ ਰਿਹਾ ਸੀ ਕੋਈ ਲੇਬਰ ਵਰਕ ਕਰ ਰਿਹਾ ਸੀ ਕੋਈ ਰੈਡੀ ਕਰ ਰਿਹਾ ਸੀ ਕੋਈ ਬੜੀ ਲਾ ਰਿਹਾ ਸੀ ਉਹ ਤੇ ਸਵੇਰੇ ਕਮਾਉਂਦੇ ਜਿੱਥੇ ਲਾਤੇ ਸੀ ਬਾਕੀ ਦੇਖੋ ਜਿਸ ਟਾਈਮ ਤੋਂ ਕੋਰੋਨਾ ਲੰਬਾ ਹੀ ਚਲਾ ਗਿਆ ਲੋਕਡਾਊਨ ਲੰਬਾ ਰਿਹਾ ਬਹੁਤ ਜ਼ਿਆਦਾ ਰਿਹਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਸ਼ਨ ਜਿਹੜਾ 80% ਜਿੰਨੀ ਦੇਸ਼ ਦੀ ਜਨਤਾ 80% ਰਾਸ਼ਨ ਨਾਲ ਕਹਿਤਾ ਮਾੜੀ ਸਮੇਂ ਤੋਂ ਇੱਥੇ ਕਾਂਗਰਸ ਸਰਕਾਰ ਹੈ ਉਹ 25-30 ਪੈਸੇ ਨਾਲ ਵੰਡਿਆ ਬਾਕੀ ਖਾਈ ਗਏ ਦਿੱਤੇ ਨਹੀਂ ਤਾਂ 80% ਜਨਤਾ ਦੇ ਵਿੱਚ ਨਾ ਜੀ ਅਸੀਂ ਸਾਰੇ ਲੋਕਾਂ ਨੂੰ ਮੈਂ ਵੀ ਇੰਨਾ ਤੁਸੀਂ ਜਿਹੜੇ ਸਾਰੇ ਨਾਲ ਸਾਨੂੰ ਸਾਰਿਆਂ ਨੂੰ ਰਾਸ਼ਨ ਮਿਲਣਾ ਚਾਹੀਦਾ ਸੀ ਦੇਖੋ ਜਾਂ ਦਾਲ ਮਿਲਦੀ ਹੋਵੇ ਤਾਂ ਕਮ ਸੇ ਕਮ ਰੋਟੀ ਦਾ ਗੁਜ਼ਾਰਾ ਚੱਲਦਾ ਨਾ ਗੇਟ ਤੋਂ ਬਾਹਰ ਰਹਿ ਜਾ ਸਕਦਾ ਔਰ 80% ਜਨਤਾ ਬਹੁਤ ਜ਼ਿਆਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਨੂੰ ਕਿਹਾ ਵੀ ਕੋਈ ਭੁੱਖਾ ਨਹੀਂ ਸਕਦਾ ਔਰ ਉਸ ਤੋਂ ਬਾਅਦ ਦੇਖੋ ਵੈਕਸੀਨ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਰ ਉਹਦੇ ਬਾਰੇ 'ਚ ਕੀ ਕਰਨਾ ਚਾਹੀਦਾ ਦੇਖੋ ਅੱਜ ਵਾਰਡ ਨੰਬਰ ਵਾਰਡ ਸਾਡੇ ਰਤੜਾ ਜੀ ਸਾਡੇ ਬੀਜੇਪੀ ਦੇ ਕੌਂਸਲਰ ਨੇ ਔਰ ਉਹਨਾਂ ਨੇ ਇੱਥੇ ਅੱਜ ਮੈਨੂੰ ਨਾਲ ਲੈ ਕੇ ਡੋਰ ਟੂ ਡੋਰ ਅਸੀਂ ਕਰ ਰਹੇ ਔਰ ਸਾਰਾ ਅਸੀਂ ਜਿਹੜਾ ਏਰੀਆ ਵੇ ਡੋਰ ਟੂ ਡੋਰ ਕਰਕੇ ਅੱਜ ਅਸੀਂ ਤਾਂ ਅਸੀਂ ਛੋਟੀ ਛੋਟੀ ਜਗ੍ਹਾ 'ਤੇ ਅਸੀਂ ਮੀਟਿੰਗ ਰੱਖੀ ਹੈ ਵੀ ਇੱਕ ਏਰੀਏ 'ਚ ਡੋਰ ਟੂ ਡੋਰ ਕਰਕੇ ਉਸ ਤੋਂ ਬਾਅਦ ਅਸੀਂ ਮੀਟਿੰਗ ਰੱਖਣੇ ਹਾਂ ਅਗਲੇ ਏਰੀਏ ਜਾ ਕੇ ਡੋਰ ਟੂ ਡੋਰ ਕਰਕੇ ਫਿਰ ਅਸੀਂ ਮੀਟਿੰਗ ਰੱਖ ਰਹੇ ਹਾਂ ਔਰ ਉਹ ਉਸੇ ਕੜੀ ਦੇ ਨਾਲ ਅਸੀਂ ਚੱਲਣੇ ਪਏ ਹਾਂ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੋਰ ਟੂ ਡੋਰ ਘੁੰਮ ਰਹੇ ਲੋਕਾਂ ਨੂੰ ਮੋਦੀ ਜੀ ਦੇ ਕੀਤੇ ਹੋਏ ਕੰਮਾਂ ਦਾ ਦੱਸ ਰਹੇ ਹਾਂ ਪੰਜਾਬ ਵਿੱਚ ਅਸੀਂ ਕੀ ਵਿਕਾਸ ਕਰਾਂਗੇ ਉਹਦੇ ਬਾਰੇ ਦੱਸ ਰਹੇ ਹਾਂ Subscribe to our YouTube channel News DNN by clicking the bell icon. Don't forget to like, comment and share.